ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਆਪਣਾ ਜੀ ਐਸ ਢਿੱਲੋਂ। ਸੋ ਅੱਜ ਆਪਾਂ ਗੱਲ ਕਰਦੇ ਹਾਂ ਗੋਦੀ ਸਰਕਾਰ ਦੀ, ਗੋਦੀ ਮੀਡੀਆ ਦੀ। ਰਾਵਣ ਤਾਨਾਸ਼ਾਹੀ ਜੋ ਸਾਡੇ 'ਤੇ ਰਾਜ ਥੋਪਿਆ ਗਿਆ ਆ, ਉਹਦੀ ਤਾਨਾਸ਼ਾਹੀ ਰਾਜ ਦੀ। ਸੋ ਅੱਜ ਮੈਂ ਨਿਊਜ਼ ਦੇਖਦਾ ਸੀਗਾ, ਆਪਣੇ ਨੈਸ਼ਨਲ ਜਿਹੜੇ ਚੈਨਲ, ਵੱਡੇ ਵੱਡੇ ਚੈਨਲ ਆ, ਉਹਨਾਂ 'ਤੇ ਚੱਲ ਰਹੀ ਸੀਗੀ ਨਿਊਜ਼। ਮੋਦੀ ਸਰਕਾਰ ਨੇ ਆਪਣਾ ਦਿੱਤਾ ਸਪਸ਼ਟੀਕਰਨ, ਮੋਦੀ ਜੀ ਨੇ ਆਪਣਾ ਸਪਸ਼ਟੀਕਰਨ ਦਿੱਤਾ। ਲਗਾਤਾਰ ਹੀ ਇਹ ਨਿਊਜ਼ ਚੱਲੀ ਜਾਂਦੀ ਸੀ, ਨਿਊਜ਼ ਦਿੱਤੀ ਕਿ ਮੋਦੀ ਨੇ ਇਹ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਮੰਨਣੋਂ ਨਾ ਕਰ ਦਿੱਤੀ। ਸੋ ਉਹਨਾਂ ਨੇ ਇਹ ਸਪਸ਼ਟੀਕਰਨ ਦਿੱਤਾ। ਉਹਨਾਂ ਦਾ ਕਹਿਣ ਦਾ ਭਾਵ ਇਹ ਸੀ, ਜਿਹੜੇ ਆਪਣੇ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵੀਰ ਸਾਡੇ ਜਾਂ ਹੋਰ ਵੀ ਆਲਮੋਸਟ ਕਿਸਾਨ, ਤਾਂ ਹਰ ਇੱਕ ਵਰਗ ਨੂੰ ਘਾਟਾ ਆਉਣਾ ਇਸ ਵਿੱਚ। ਉਹਨਾਂ ਦਾ ਇਹ ਸੀਗਾ ਵੀ ਜੋ ਕਿਸਾਨ ਇਹ ਲੜ ਰਹੇ ਆ, ਉਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਬਿੱਲ ਵਾਪਸ ਲੈਣ ਤੋਂ ਉਹ ਸਪਸ਼ਟੀਕਰਨ ਦਿੱਤਾ ਵੀ ਇਹ ਬਿੱਲ ਨਹੀਂ ਵਾਪਸ ਲਿਆ ਜਾਊਗਾ, ਨਾ ਕਿ ਇਹਦੇ ਵਿੱਚ ਬਦਲਾਵ ਕੋਈ ਕੀਤਾ ਜਾਊਗਾ। ਮੈਂ ਇਹ ਹੈਰਾਨ ਆ ਇਹ ਗੱਲਾਂ ਨੂੰ ਵੀ ਜਿਹੜੇ 2 ਮਹੀਨੇ ਤੋਂ ਜ਼ਿਆਦਾ ਹੋ ਗਿਆ ਆਪਣੇ ਜਿਹੜੇ ਵੀਰ ਸੰਘਰਸ਼ ਕਰ ਰਹੇ ਆ, ਇੰਨਾ ਰਾਤ ਦਿਨ ਉਹਨੇ ਇੱਕ ਕੀਤੀ ਵਾ, ਇਕੱਲਾ ਕਿਸਾਨ ਦੇ ਕਿਸਾਨਾਂ ਨੂੰ ਨਹੀਂ ਇਕੱਲਾ ਘਾਟਾ, ਇਹ ਜਿਹੜਾ ਗਰੀਬ ਤਬਕਾ ਆ, ਇਹ ਜਿਹੜਾ ਆੜ੍ਹਤੀ ਆ, ਇਹ ਜਿਹੜੇ ਮਜ਼ਦੂਰ ਆ, ਇਹ ਸਾਰਿਆਂ ਨੂੰ ਇਸ ਦਾ ਇਫੈਕਟ ਪੈਣਾ ਆ। ਸੋ ਜਿਹੜੇ ਇਹ ਇੰਨਾ ਸੰਘਰਸ਼ ਲੀਕਦੇ ਆ, ਮੋਦੀ ਜਿਹੜਾ ਜਮਹੂਰੀਅਤ ਦਾ ਘਾਣ ਕਰਕੇ, ਮੈਂ ਇਹ ਸਮਝਦਾ ਵੀ ਜਮਹੂਰੀਅਤ ਦਾ ਘਾਣ ਕਰਕੇ ਇਹ ਜਿਹੜਾ ਆ ਤਾਨਾਸ਼ਾਹੀ, ਇਹ ਅੱਜ ਦਾ ਰਾਵਣ ਵਾ ਜਿਹੜਾ ਕੁੱਤਾ ਕਹਾ ਰਾਵਣ ਸਾਂਪ ਬਿੱਛੂ ਗੰਦਾ ਆਦਮੀ ਜ਼ਹਿਰ ਬੋਲਣ ਵਾਲਾ, ਜਮਹੂਰੀਅਤ ਦਾ ਘਾਣ ਕਰਕੇ ਜਿਹੜਾ ਰਾਵਣ ਅੱਜ ਸਾਡੇ 'ਤੇ ਤਾਨਾਸ਼ਾਹੀ ਰਾਜ ਸਾਡੇ 'ਤੇ ਇਹ ਕਾਇਮ ਕਰ ਰਹੇ ਆ। ਸੋ ਇੰਨਾ ਅਸੀਂ ਸੰਘਰਸ਼ ਕਰਨ ਦੇ ਬਾਵਜੂਦ ਵੀ ਅੱਜ ਸਾਨੂੰ ਇਹ ਮੀਡੀਆ ਸ਼ਰੇਆਮ ਮੋਦੀ ਜਾਂ ਮੋਦੀ ਨਹੀਂ ਰਾਵਣ ਕਹੂੰਗਾ ਉਹਨੂੰ ਮੈਂ, ਰਾਵਣ ਵਾ ਜਿਹੜਾ ਉਹ ਸਾਡੇ 'ਤੇ ਇੰਨਾ ਅੱਜ ਸ਼ਰੇਆਮ ਉਹ ਬਿਆਨ ਦੇਣ ਡਿਆ ਆ ਕਿ ਮੈਂ ਮੇਰੀ ਇਹ ਹੱਥ ਜੋੜ ਕੇ ਇਹ ਬੇਨਤੀ ਆ ਕਿ ਇਹ ਜਿਹੜਾ ਸੰਘਰਸ਼ ਵਾ ਇਹਨੂੰ ਇਕਜੁੱਟ ਹੋ ਕੇ ਆਪਾਂ ਇਹ ਸਾਰਿਆਂ ਇਹ ਜਿਹੜਾ ਤਾਨਾਸ਼ਾਹੀ ਰਾਜ ਆ ਇਹਦੇ ਖਿਲਾਫ ਅਸੀਂ ਲੜ ਸਕਦੇ ਹਾਂ, ਅਤੇ ਆਪਾਂ ਨੂੰ ਇਕਜੁੱਟ ਹੋਣ ਦੀ ਲੋੜ ਆ। ਇਹ ਜਿਹੜਾ ਤੁਹਾਡਾ ਸਾਰਿਆਂ ਦਾ ਇਹ ਜਿਹੜਾ ਸੰਘਰਸ਼ ਕਰਨ ਦਾ ਟੀਚਾ ਇੱਕ ਵਾ, ਤੁਸੀਂ ਇਹ ਆਪਾਂ ਇਕਜੁੱਟ ਹੋ ਕੇ ਤੁਰੀਏ ਤਾਂ ਹੀ ਆਪਾਂ ਇਹ ਤਾਨਾਸ਼ਾਹੀ ਰਾਜ 'ਤੇ ਆਪਾਂ ਹਾਵੀ ਜਾਂ ਆਪਣੀ ਸੱਚਾਈ ਦੀ ਜਿੱਤ ਹੋ ਸਕਦੀ ਆ। ਸੋ ਆਪਾਂ ਇਹ ਮੈਂ ਸਲਿਊਟ ਕਰਦਾ ਹਾਂ ਮੈਂ ਇਹਨਾਂ ਨੂੰ ਜਿਹੜੇ ਸਾਡੇ ਵੀਰ, ਜਿਹੜੇ ਭਰਾ ਸਾਡੇ ਰਾਤ ਦਿਨ ਇੱਕ ਹੋ ਕੇ ਉੱਥੇ ਸੰਘਰਸ਼ ਦਾ ਹਿੱਸਾ ਬਣਦੇ ਆ। ਸੋ ਅਸੀਂ ਸਾਡਾ ਜਿਹੜਾ ਦਿਲ ਵਾ ਉਹ ਪੰਜਾਬ ਦੇ ਵਿੱਚ ਵਾ, ਅਤੇ ਅਸੀਂ ਸਾਡਾ ਜਿਹੜਾ ਇਹ ਵਜੂਦ ਵਾ ਉਹ ਪੰਜਾਬ ਵਾ, ਅਤੇ ਸਾਡੀ ਜਿਹੜੀ ਵਜੂਦ ਕਿਸਾਨੀ ਆ ਅਤੇ ਉਹ ਸਾਡੀ ਕਿਸਾਨੀ ਨੂੰ ਬਰਕਰਾਰ ਰੱਖਣ ਨੂੰ ਤੁਸੀਂ ਰਾਤ ਦਿਨ ਇੱਕ ਕਰ ਰਹੇ ਹਾਂ। ਸੋ ਪਲੀਜ਼ ਹੱਥ ਜੋੜ ਕੇ ਸਾਰਿਆਂ ਕਿਸਾਨਾਂ ਨੂੰ, ਮੇਰੇ ਭਰਾਵਾਂ ਨੂੰ ਬੇਨਤੀ ਆ ਕਿ ਇਹ ਸਾਨੂੰ ਇਹ ਤਾਨਾਸ਼ਾਹੀ ਮੋਦੀ ਨੂੰ, ਇਹ ਤਾਨਾਸ਼ਾਹੀ ਰਾਵਣ ਨੂੰ ਅੱਜ ਦੇ ਨੂੰ ਇਹਨੂੰ ਇਕਜੁੱਟ ਹੋ ਕੇ ਆਪਾਂ ਇਹ ਸੱਚਾਈ ਦੀ ਜਿੱਤ ਹੋ ਸਕਦੀ ਆ, ਅਤੇ ਇਹਨੂੰ ਆਪਾਂ ਨੱਥ ਪਾ ਸਕਦੇ ਹਾਂ। ਇਹ ਸਾਨੂੰ ਲੌਂਗ ਟਾਈਮ ਤੱਕ ਇਹ ਜਿਹੜਾ ਸੰਘਰਸ਼ ਵਾ ਇਹ ਸਾਨੂੰ ਉਲੀਕਣਾ ਪੈਣਾ, ਤਾਂ ਹੀ ਆਪਾਂ ਜਾ ਕੇ ਆਪਣੀ ਜਿੱਤ ਪ੍ਰਾਪਤ ਕਰ ਸਕਦੇ ਹਾਂ। ਸੋ ਸਾਰਿਆਂ ਨੂੰ, ਮੇਰੇ ਭਰਾਵਾਂ ਨੂੰ, ਇਹ ਜਿਹੜੀ ਇਹ ਮੋਦੀ ਸਰਕਾਰ ਆ, ਕੈਪਟਨ ਸਰਕਾਰ ਆ, ਦਰੁਸਤ ਜਿਹੜੇ ਬੰਦੇ ਆ, ਮੈਂ ਕਿਸੇ ਵੀ ਪਾਰਟੀ ਨੂੰ ਇਹ ਨਹੀਂ ਕਹੂੰਗਾ ਬਈ ਇਹ ਵਧੀਆ ਆ, ਆਪਣੀਆਂ ਵੋਟਾਂ ਭਾੜਦੇ ਆ, ਕਿਤੇ ਨਾ ਕਿਤੇ ਇਹ ਆਪਣੇ ਜਾ ਕੇ ਇਹ ਦੋਨਾਂ ਦਾ ਇਹ ਮਿਲੀ ਭੁਗਤ ਵਾ, ਇਹ ਕਿਤੇ ਨਾ ਕਿਤੇ ਜਾ ਕੇ ਇਹ ਕੈਪਟਨ ਜਿਹੜੀ ਸਰਕਾਰ ਵਾ ਇਹ ਮੋਦੀ ਦਾ ਸਾਥ ਦਿੰਦੀ ਆ, ਭਾਵੇਂ ਕਿ ਆਪਣਾ ਜਿਹੜੇ ਲੋਕਾਂ ਦੇ ਵਿੱਚ ਇਹ ਵੋਟ ਮੰਗਣੇ ਨੂੰ ਇਹਨਾਂ ਦੇ ਵਿਚਾਰ ਮਾੜੇ ਮੋਟੇ ਹੋ ਜਾਣੇ ਹੋਣ, ਪਰ ਇਹ ਅੰਦਰੋਂ ਅੰਦਰੀ ਇਹ ਸਾਰੇ ਇੱਕ ਵਾ। ਮੈਂ ਕਿਸੇ ਨੂੰ ਇਹ ਨਹੀਂ ਕਹੂੰਗਾ ਵੀ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਵਾ ਕੋਈ ਵੀ ਪਾਰਟੀ, ਉਹ ਕਿਸਾਨ ਜਥੇਬੰਦੀਆਂ ਦੇ ਨਾਲ ਤੁਰਨ, ਆਸ ਕਰਦੇ ਹਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਕਿ ਸਾਰੇ ਜਥੇਬੰਦੀਆਂ ਇੱਕ ਹੋ ਕੇ ਇਹ ਕਲਯੁੱਗ, ਇਹ ਜਿਹੜਾ ਤਾਨਾਸ਼ਾਹੀ ਰਾਜ ਵਾ ਇਹਦਾ ਤਾਂ ਨਾਲ ਅਸੀਂ ਡੱਟ ਕੇ ਮੁਕਾਬਲਾ ਕਰ ਸਕੀਏ। ਸੋ ਮੈਂ ਸਲਿਊਟ ਇੱਕ ਵਾਰੀ ਫੇਰ ਕਰਦਾ ਹਾਂ ਕਿ ਜਿਹੜੇ ਸਾਡੇ ਭਰਾ ਲਗਾਤਾਰ ਉੱਥੇ ਜਥੇਬੰਦੀਆਂ ਆ ਜਿਹੜੀਆਂ ਇਹਨਾਂ ਦਾ ਮੁਕਾਬਲਾ ਕਰਨ ਲਈ ਤਤਪਰ ਤੱਤ ਵਾ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸੋ ਮੈਨੂੰ ਆਸ ਆ ਕਿ ਸਾਰੇ ਜਥੇਬੰਦੀਆਂ ਇਹ ਇਕਜੁੱਟ ਹੋ ਕੇ ਇਹਨਾਂ ਦਾ ਅੱਗੇ ਵੀ ਮੁਕਾਬਲਾ, ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਅਤੇ ਉਹ ਸਬਸਕ੍ਰਾਈਬ ਕਰ ਦਿਓ ਅਤੇ
ਬੈਲ ਆਈਕਨ ਦਾ ਬਟਨ ਦਬਾ ਦਿਓ। ਸੋ ਧੰਨਵਾਦ ਇੱਕ ਵਾਰੀ ਫਿਰ, ਮੈਂ ਕਿਸਾਨ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਰਾਤ ਦਿਨ ਇੱਕ ਕਰਕੇ ਇਹ ਸੰਘਰਸ਼ ਨੂੰ ਉਲੀਕਿਆ ਅਤੇ ਰਾਤ ਦਿਨ ਆਪਣੇ ਭਰਾ ਸਾਡੇ ਉੱਥੇ ਜਾ ਕੇ ਹਾਜ਼ਰੀਆਂ ਪ੍ਰਦਾਨ ਕਰਦੇ ਨੇ, ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਸਾਰਿਆਂ ਨੂੰ। ਸੋ ਥੈਂਕ ਯੂ, ਦਿਲੋਂ ਧੰਨਵਾਦ, ਦਿਲੋਂ ਸਲਿਊਟ ਆ ਤੁਹਾਨੂੰ ਸਾਰਿਆਂ ਨੂੰ, ਤੁਹਾਡਾ ਆਪਣਾ ਜੀ ਐਸ ਪੀ।